ਹਾਂਜੀ ਵੀਰੋ, ਇੱਥੇ ਆਪਾਂ ਜੌਂਡੀਅਰ ਦਾ 50-50 ਡੀ ਟੂ ਵੀਲ ਅਤੇ ਨਿਊ ਹੋਲੈਂਡ 3602 ਸਪਿਲਟਰ ਗੇਅਰ ਵਾਲਾ ਜਿਹੜਾ ਨਵਾਂ ਆਇਆ 16+4 ਗੇਅਰ ਬੋਕਸ ਪਲੈਂਟਰੀ ਗੇਅਰ ਉਹ ਚਲਾ ਕੇ ਦੇਖਿਆ ਸੀ ਇਹ ਨਾਲ 50-50 ਡੀ ਜੌਂਡੀਅਰ ਨਾਲ, ਅਤੇ ਉਹਨਾਂ ਦੀ ਪਰਫੋਰਮੈਂਸ ਵਧੀਆ ਸੀ, ਪਰ ਪ੍ਰੋਬਲਮ ਫਿਰ ਉਹੀ 3602 ਕੰਪਨੀ ਦਾ ਡਿਟਰ ਸੀ, ਧੂੰਆਂ ਬਹੁਤ ਮਾਰਦਾ ਸੀ, ਅਤੇ ਪੰਪ ਦੀ ਥੋੜ੍ਹੀ ਬਹੁਤੀ ਸੈਟਿੰਗ ਜ਼ਰੂਰ ਕੀਤੀ ਹੋਈ ਸੀ ਇਹਨਾਂ ਦੀ, ਅਤੇ ਪਰਫੋਰਮੈਂਸ ਦੋਨਾਂ ਦੀ ਵਧੀਆ ਸੀਗੀ, ਦੋਨੇ ਵਧੀਆ ਚੱਲੇ ਪੂਰੇ। ਬਸ ਇਹਨਾਂ 'ਚ ਫਰਕ ਇਹੀ ਲੱਗਾ ਵੀਰੋ, ਹੋਲੈਂਡ 'ਚ ਆਪਾਂ ਨੂੰ ਗੇਅਰ ਆਪਸ਼ਨ ਬਹੁਤ ਵਧੀਆ ਮਿਲ ਜਾਂਦੀ ਹੈ, ਉਹੀ ਗੱਲ ਪਹਿਲਾਂ ਵਾਲੀ ਵੀ ਫੰਕਸ਼ਨ ਬਹੁਤ ਨੇ, ਗੇਅਰ ਜਿੰਨਾ ਚਾਹੋ ਆਪਾਂ ਤੋਰ ਸਕਦੇ ਹਾਂ, ਸਪਿਲਟਰ ਗੇਅਰ ਕਰਕੇ ਬਹੁਤ ਗੇਅਰ ਬਣ ਜਾਂਦੇ ਨੇ ਇਹਦੇ, ਅਤੇ ਬੀ ਟੀ ਓ ਵੀ ਮਲਟੀ ਸਪੀਡ ਆਉਂਦੀ ਆ।
ਵੱਲ ਦੇਖੇ ਥੱਲੇ ਲਾ ਦਿੱਤੀ।